ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਮਾਡਰਨ ਵੈਲੀ ਸਪੋਰਟਸ ਕਲੱਬ ਵੱਲੋਂ 14ਵਾਂ ਕਬੱਡੀ ਕੱਪ ਹੋ ਰਿਹਾ ਅਤੇ ਬਹੁਤ ਵਧੀਆ ਨਾਮਵਾਰ ਪਲੇਅਰ ਆ ਰਹੇ ਆ, ਜਿਵੇਂ ਪਾਕਿਸਤਾਨ ਦੀ ਟੀਮ ਖੇਡੀ ਜਾਂਦੀ ਹੈ ਅਤੇ ਨਾਲ ਮਾਝੇ ਦਾ ਮਜਾਇਆ ਲੰਬਾ ਸੁਰਸਿੰਘ ਵਾਲੇ ਆ ਰੇਡਾਂ ਪਾ ਰਿਹਾ। ਅਤੇ ਮੈਂ ਬੇਨਤੀ ਕਰਦਾ ਵੀ ਜਿੱਥੇ ਤੇ ਮੇਰੀ ਆਵਾਜ਼ ਜਾਂਦੀ ਹੈ ਗਾਂ ਦੀ ਗਾਂ ਬਚਾਓ, ਅਤੇ ਮਾਡਰਨ ਬੁਲੇਵਾਰਡ ਜਿਹੜੀ ਸਕੂਲ ਵਾਲੀ ਗਰਾਊਂਡ ਹੈ ਸਾਡਾ, ਉੱਥੇ 14ਵਾਂ ਕਬੱਡੀ ਕੱਪ ਚੱਲ ਰਿਹਾ ਅਤੇ ਪਲੀਜ਼ ਪਹੁੰਚਣ ਦੀ ਕਿਰਪਾਲਤਾ ਕਰੋ। ਸਾਰੇ ਰੱਸਾਕਸ਼ੀ ਦੇ ਮੁਕਾਬਲੇ ਵੀ ਹੋਣਗੇ, ਸਾਰੇ ਪਹੁੰਚੇ ਹੋਏ ਭਰਾਵਾਂ ਦਾ, ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਟਾਈਮ ਕੱਢ ਕੇ ਕਵਰ ਕਰਦੇ ਹੋ, ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ, ਸਾਰੇ ਸਪੌਂਸਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਕੁਝ ਨਹੀਂ ਦੇਖਿਆ, ਐਨ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਟੱਕਰ ਹੋਣੀ ਹੈ। ਸੇਠੀ ਹਰਖੋਵਾਲ ਆਪਣੀ ਟੀਮ ਲੈ ਕੇ ਆ ਦੇਵੇ, ਦੂਜੇ ਪਾਸੇ ਯੰਗ ਰਾਇਲ ਕਿੰਗ ਦੀ ਟੀਮ ਆ ਦੇਵੇ, ਪਰ ਅੰਮ੍ਰਿਤ ਐਨ ਬਰਸਾਲਪੁਰੇ ਵਾਲਾ ਵੱਡੀ ਮਾਜੀ। ਸਭ ਤੋਂ ਪਹਿਲਾਂ ਤਾਂ ਜਗਬਾਣੀ ਟੀਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਜਗਬਾਣੀ ਵਾਲਿਆਂ ਦਾ। ਅੰਬਾ ਜੀ, ਮੈਨੂੰ ਥੋੜਾ ਜਿਹਾ ਦੱਸੋ ਵੀ ਤੁਸੀਂ ਕਬੱਡੀ ਕਦੋਂ ਸਟਾਰਟ ਕੀਤੀ ਸੀ ਬਰੀਫ ਦੇ ਵਿੱਚ? ਕੁਛ ਨਹੀਂ ਭਾਜੀ, ਮੈਂ ਮਤਲਬ ਆਲ ਓਪਨਿੰਗ ਸਿੱਧੀ ਸਟਾਰਟ ਕੀਤੀ ਆ ਜੀ ਜੀ। ਅਤੇ ਹਾਂਜੀ, ਮੈਂ 2019 ਤੋਂ ਸਟਾਰਟ ਕੀਤੀ ਕਬੱਡੀ, 21 ਦਾ ਪਹਿਲੀ ਵਾਰੀ ਬਾਹਰ ਚਲੇ ਗਿਆ ਆਸਟ੍ਰੇਲੀਆ। ਅੱਛਾ ਜੀ, ਹਾਂਜੀ। ਅਤੇ ਅੱਜ ਤੱਕ ਜਿਹੜੇ ਜਿਹੜੇ ਨਾਮ ਤੁਸੀਂ ਬਹੁਤ ਵੱਡੇ ਵੱਡੇ, ਮੈਨੂੰ ਪਤਾ ਵੀ ਰੇਂਜ ਰੋਵਰ ਹੋਰ ਕਿਹੜੇ ਕਿਹੜੇ ਨਾਮ ਜਿੱਤੇ ਆ, ਮੈਂ ਚਾਹੁੰਦਾ ਵੀ ਉਹ ਦਰਸ਼ਕਾਂ ਨਾਲ ਸਾਂਝੇ ਹੋਣ ਤਾਂ ਜੋ ਤੁਹਾਡੇ ਵੱਲ ਦੇਖ ਕੇ ਹੋਰ ਵੀ ਜਿਹੜੇ ਖਿਡਾਰੀ ਆ ਉਸ ਖੇਡ ਨਾਲ ਜੁੜਨ। ਮੈਂ ਭਾਅ ਜੀ ਜਿੱਦਾਂ 9 ਟਰੈਕਟਰ ਜਿੱਤੇ ਆ ਜੀ ਜੀ, ਹਾਂਜੀ, ਅਤੇ 7 ਕੁ ਬੁਲਟ ਆ ਜੀ, 1 ਹਰਲੇ ਆ ਭਾਅ ਜੀ, ਅਤੇ 35-40 ਮੋਟਰਸਾਈਕਲ ਹੋਣੇ ਆ। ਅੱਛਾ ਜੀ, ਹਾਂਜੀ। ਅਤੇ ਮੈਨੂੰ 2 ਗੱਡੀਆਂ ਸਨਮਾਨਿਤ ਮਿਲੀਆਂ, 1 ਸਕਾਰਪੀਓ, 1 ਰੇਂਜ ਰੋਵਰ। ਹਾਂਜੀ। ਅੱਛਾ ਅੰਬਾ ਜੀ, ਜਿਹੜੇ ਬੱਚੇ ਇਸ ਖੇਡ ਕਬੱਡੀ ਦੇ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਉਹਨਾਂ ਨੂੰ ਭਾਅ ਜੀ ਵਧੀਆ, ਬਸ ਬਹੁਤ ਵਧੀਆ ਖੇਡ ਆਏ, ਅਤੇ ਆਪਣਾ ਇੱਕ ਮਤਲਬ ਹੈਲਥ ਲਈ ਵੀ ਗੁੱਡ ਆ, ਵਧੀਆ ਪਲੇਅਰ ਮਤਲਬ ਖੇਡਦੇ ਆ, ਹੈ ਨਾ, ਸਾਰੇ ਇੰਡੀਆ ਜਾ ਕੇ ਮਤਲਬ ਮਿਹਨਤ ਕਰਦੇ ਆ, ਮਤਲਬ ਇੱਥੇ ਨਹੀਂ ਪਲੇਅਰ ਬਣ ਸਕਦਾ, ਕੈਨੇਡਾ 'ਚ ਰਹਿ ਗਏ, ਇੰਡੀਆ ਜਾ ਕੇ ਪਲੇਅਰ ਬਣ ਕੇ ਅਤੇ ਫਿਰ ਇੱਥੇ ਖੇਡ ਸਕਦਾ ਵਾ, ਅਤੇ ਬਹੁਤ ਜ਼ਿਆਦਾ ਸਟਰਗਲ ਆ ਕਬੱਡੀ 'ਚ, ਅਤੇ ਤਪੱਸਿਆ ਹੀ ਕਰਨੀ ਪੈਂਦੀ ਆ, ਮਿਹਨਤ ਕਰਨੀ ਪੈਂਦੀ, ਦੋਵੇਂ ਟਾਈਮ ਪ੍ਰੋਪਰ ਖਾਣਾ ਪੈਂਦਾ ਵਾ, ਅਤੇ ਇਸ ਕਰਕੇ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਨਵਾਂ ਯੂਥ ਆ ਖੇਡਣਾ ਚਾਹੀਦਾ ਕਬੱਡੀ ਭਾਅ ਜੀ, ਆਪਣੀ ਮਾਂ ਖੇਡ ਆ, ਆਪਣੀ ਪਿੰਡਾਂ ਦੀ ਖੇਡ ਆ, ਹੈ ਨਾ, ਇਹ ਨੂੰ ਕਿਹੜਾ ਕੋਈ ਸਪੋਰਟ ਕਰਦੀ ਸਰਕਾਰ ਜਾਂ ਕੁਛ ਵੀ, ਬਸ ਇਹਨੂੰ ਆਪਣੇ ਜਿੱਦਾਂ ਮਤਲਬ ਹੈ ਨਾ ਆ NRI ਵੀ ਸਪੋਰਟ ਕਰਦੇ ਆ, ਅਤੇ ਇਹਨਾਂ ਸਿਰ 'ਤੇ ਕਬੱਡੀ ਆ। ਹਾਂਜੀ, ਜਿਸ ਤਰ੍ਹਾਂ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਆ, ਇਹ ਤੁਹਾਡੀ ਖੁਰਾਕ ਕੀ ਆ? ਮਤਲਬ ਪਹਿਲਾਂ ਦਾ ਪਿੰਡਾਂ ਦੇ ਵਿੱਚ ਜਿਹੜੇ ਦੇਸੀ ਖੁਰਾਕਾਂ ਹੁੰਦੀਆਂ ਸੀ, ਦੁੱਧ ਦਹੀਂ, ਅਤੇ ਮੈਂ ਸਪੈਸ਼ਲੀ ਤੁਹਾਡਾ ਪੁੱਛਣਾ ਚਾਹੁੰਗਾ ਵੀ ਤੁਸੀਂ ਕੀ ਮਤਲਬ ਇਸ ਖੇਡ ਦੇ ਲਈ ਖੁਰਾਕ ਤੁਹਾਡੀ ਕਿਹੜੀ ਆ? ਸੇਮ ਹੀ ਭਾਅ ਜੀ, ਜਿੱਦਾਂ ਗਿਰੀਆਂ ਦਾ ਰਗੜਾ ਲਾ ਲਓ, ਰਗੜਾ ਲਾ ਕੇ ਗਿਰੀਆਂ ਦਾ ਜਿਵੇਂ ਭਲਵਾਨ ਪੀਂਦੇ ਆ, ਅਤੇ ਇੱਦਾਂ ਜਿੱਦਾਂ ਹੈ ਨਾ ਬੱਕਰਾ ਖਾ ਲਓ, ਹੈ ਨਾ, ਬੱਕਰਾ ਖਾ ਲਓ, ਚਿਕਨ ਵਗੈਰਾ ਖਾ ਲਓ, ਲੱਸੀ, ਦਹੀਂ, ਦੁੱਧ ਜਿਵੇਂ ਹੈ ਨਾ ਦੜਕਰਾ ਕਰਕੇ ਪੀ ਲਓ ਵਧੀਆ, ਇੱਦਾਂ ਹੀ ਜਾਂ ਪ੍ਰੋਟੀਨ ਵਗੈਰਾ ਜਿਹੜੀ ਹੁੰਦੀ ਉਹ ਲੈ ਲਓ, ਹੈ ਨਾ, ਆਂਡੇ ਉਂਡੇ ਖਾ ਲਓ, ਹੈ ਨਾ, ਵਧੀਆ ਜਿੱਦਾਂ ਜਿਸ 'ਚ ਪ੍ਰੋਟੀਨ ਹੁੰਦੀ ਆ, ਫਿਰ ਇੱਦਾਂ ਸ਼ੁਰੂ ਤੋਂ ਹੀ ਇਹ ਚੀਜ਼ ਹੌਲੀ ਹੌਲੀ ਚੱਕਦਾ ਚੱਕਦਾ ਫਿਰ ਬੰਦਾ ਪਲੇਅਰ ਬਣਦਾ। ਖੇਡ ਦੌਰਾਨ ਕੋਈ ਐਸੀ ਮਿੱਠੀ ਯਾਦ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋਗੇ, ਆਹ ਮੈਂ ਇਸ ਬਾਹਰਲੇ ਮੁਲਕ 'ਚ ਖੇਡਿਆ ਸੀ, ਜਾਂ ਕਿਤੇ ਵੀ, ਤੁਹਾਡੀ ਕੋਈ ਐਸੀ ਯਾਦ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ? ਯਾਦ ਭਾਅ ਜੀ, ਯਾਦ ਹੋਵੇ, ਹਾਂ, ਮਤਲਬ ਕਿ ਜਦੋਂ ਪਹਿਲੀ ਵਾਰੀ ਗਿਆ ਹਾਂ ਮੈਂ ਆਸਟ੍ਰੇਲੀਆ, ਅਤੇ ਉੱਥੇ ਇੱਕ ਮੋਹਨਵੀਰ ਬਾਲਾ, ਉਹਨੇ ਮੇਰੇ $5,500 ਲਾਇਆ ਸੀ, $5,500 ਦੀਆਂ 3 ਕਬੱਡੀਆਂ ਪਈਆਂ ਸੀ, ਉਹ ਮੇਰੀ ਯਾਦਗਿਰੀ ਜਿੱਦਾਂ ਵਧੀਆ, ਮਤਲਬ ਜਦੋਂ ਨਵਾਂ ਨਵਾਂ ਹਾਂ, ਪਹਿਲਾ ਸਟੈਪ ਮੇਰਾ ਉਹੀ, ਉਸ ਤੋਂ ਬਾਅਦ ਫਿਰ ਬਾਬੇ ਦੀ ਮਿਹਰ ਨਾਲ ਬਹੁਤ ਵਧੀਆ ਚੱਲੀ ਜਾਂਦਾ ਹੈ ਜੀ। ਅਖੀਰ ਦੇ ਵਿੱਚ ਜਿਹੜੇ ਦਰਸ਼ਕ ਜਿਹੜੇ ਤੁਹਾਨੂੰ ਚਾਹੁਣ ਵਾਲੇ ਆ, ਜਿਹੜੇ ਤੁਹਾਡੇ ਫੈਨ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਸ ਭਾਅ ਜੀ, ਆਡੀਅੰਸ ਹੈ ਅਤੇ ਆਪਾਂ ਫੈਨ ਨਹੀਂ, ਆਪਣੇ ਭਰਾ ਵਾ ਸਾਰੇ ਹੀ, ਹੈ ਨਾ, ਅਤੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਵੀਰਾਂ ਦਾ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ, ਕਬੱਡੀ ਨੂੰ ਪਿਆਰ ਕਰਦੇ ਆ, ਅਤੇ ਇੱਦਾਂ ਹੀ ਪਿਆਰ ਬਣਾ ਕੇ ਰੱਖੋ ਮਹਾਰਾਜ, ਤੰਦਰੁਸਤੀ ਬਖਸ਼ੇ ਜੀ। ਜਾਂਦੇ ਜਾਂਦੇ ਮੇਰਾ ਇੱਕ ਲਾਸਟ ਸਵਾਲ ਰਹਿ ਗਿਆ ਵੀ ਤੁਹਾਡਾ ਇਸ ਖੇਡ ਦੇ ਵਿੱਚ ਉਸਤਾਦ ਕੌਣ ਹੈ?
ਉਸਤਾਦ ਜੀ ਮੇਰਾ ਭਰਵਾਨ ਹੈ ਬਾਜੂ ਬੈਂਕੇ ਵਾਲਾ, ਉਹਨੇ ਬਹੁਤ ਕਬੱਡੀ ਟੌਪ ਦੀ ਕਬੱਡੀ ਖੇਡੀ ਆ, 12 ਤੋਂ ਲੈ ਕੇ ਹਜੇ ਵੀ ਖੇਡਦਾ ਹੁੰਦਾ ਹੋਇਆ, ਮਤਲਬ ਇੰਗਲੈਂਡ ਸਾਰੇ ਥਾਂ ਉਹ ਵੀ ਖੇਡਿਆ ਵਾ, ਉਹ ਮੇਰਾ ਉਸਤਾਦ ਆ, ਉਹਨੇ ਮੈਨੂੰ ਬਣਾਇਆ ਹੈ, ਉਹਦੀ ਬਦੌਲਤ ਆਪਾਂ ਇੱਥੋਂ ਤੱਕ ਜਿੱਦਾਂ ਹੈ ਨਾ ਖੜੇ ਹਾਂ। ਬਾਜੂ ਬੈਂਕਾ ਆਪਣਾ ਉਸਤਾਦ ਹੈ ਜੀ। ਹਾਂਜੀ ਰਾਣਾ ਅਲੀ ਸ਼ਾਲ ਜੀ, ਜਗਬਾਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲੇ ਤਾਂ। ਹਾਂਜੀ ਬਲੋਦੀ, ਸਾਰਿਆਂ ਨੂੰ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਥੈਂਕ ਯੂ ਆਪਣੇ ਚੈਨਲ ਜਗਬਾਣੀ ਦਾ ਕਿ ਇੱਥੇ ਆਏ ਗਰਾਊਂਡ 'ਚ ਪਹੁੰਚੇ ਆ ਤੇ ਸਾਨੂੰ ਜਿਹੜੇ ਦਰਸ਼ਕ ਜੀ ਉਹਨਾਂ ਦੇ ਹੂਰੂ ਵੀ ਪਹੁੰਚਾਇਆ, ਥੈਂਕ ਯੂ ਭਾਜੀ। ਰਾਣਾ ਅਲੀ ਸ਼ਾਲ ਵੀ ਤੁਸੀਂ ਪਾਕਿਸਤਾਨ ਵੀ ਖੇਡਦੇ ਰਹੇ ਹੋ, ਅੱਜ ਕੈਨੇਡਾ 'ਚ ਕਿੰਨਵਾਂ ਫੇਰਵਾ ਦੇ ਕੀ ਫਰਕ ਮਹਿਸੂਸ ਕਰਦੇ ਹੋ ਕੈਨੇਡਾ ਤੇ ਜਿਹੜਾ ਤੁਸੀਂ ਪਾਕਿਸਤਾਨ ਵੀ ਖੇਡਦੇ ਰਹੇ ਹੋ? ਭਾਜੀ ਬਹੁਤ ਵਧੀਆ ਲੱਗਦਾ, ਮੈਂ 2016 ਤੋਂ ਭਾਜੀ ਆ ਰਿਹਾ ਇੱਥੇ ਅਤੇ ਲਗਾਤਾਰ ਹੀ ਖੇਡਣ ਆ ਰਿਹਾ, ਫਿਰ ਵਿੱਚ ਇੰਗਲੈਂਡ ਗਏ 2 ਸਾਲ, ਤਾਂ ਬਹੁਤ ਵਧੀਆ ਲੱਗਦਾ ਭਾਜੀ ਇੱਥੇ ਖੇਡ ਕੇ ਆ ਕੇ, ਜਦੋਂ ਆਪਣੇ ਭਰਾ ਇੰਨਾ ਪਿਆਰ ਦਿੰਦੇ ਆ, ਇੱਡੇ ਵਧੀਆ ਟੀਮਾਂ ਬਣਦੀਆਂ ਵਾ, ਅਤੇ ਧੰਨਵਾਦ ਆਪਣੇ ਸ਼ੱਬਾ ਥਿਆੜਾ ਭਾਜੀ ਦਾ, ਉਹ ਆਪਾਂ ਨੂੰ ਜਿਹੜੇ ਲੈ ਕੇ ਆਏ ਇੱਥੇ ਭਾਜੀ। ਪਾਕਿਸਤਾਨ ਤੋਂ ਕਿੱਥੋਂ ਬਿਲੋਂਗ ਕਰਦੇ ਅਤੇ ਥੋੜ੍ਹਾ ਜਿਹਾ ਮੈਨੂੰ ਬਰੀਫ ਦੇ ਵਿੱਚ ਦੱਸ ਦਿਓ ਅੱਜ ਤੱਕ ਇਨਾਮ ਜਿਹੜੇ ਜਿਹੜੇ ਜਿੱਤੇ ਆ ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਜਾਣਕਾਰੀ ਦਿਓ। ਪਾਕਿਸਤਾਨ 'ਚ ਭਾਜੀ ਮੇਰਾ ਜ਼ਿਲ੍ਹਾ ਜਿਹੜਾ ਸਾਹੀਵਾਲ ਆ ਉਹ ਪੁਰਾਣਾ ਨਾਮ ਮਿੰਟ ਘੁੰਮਰੀ ਆ, ਪਿੰਡ ਮੇਰਾ 13-11 ਲਿਆ, ਤਹਿਸੀਲ 'ਚ ਚਵਤਨੀ ਆ। ਕਬੱਡੀ ਦੇ ਵਿੱਚ ਭਾਜੀ ਮੈਨੂੰ ਗੱਡੀਆਂ ਵੀ ਮਿਲੀਆਂ, ਮੈਨੂੰ ਘੋੜਾ ਵੀ ਮਿਲਿਆ, ਮੈਨੂੰ ਮੋਟਰਸਾਈਕਲ ਵੀ ਮਿਲਿਆ ਬੁਲਟ, ਉਹ ਵੀ ਬੜੇ ਆਪਾਂ ਨੂੰ ਸਨਮਾਨਿਆ ਗਿਆ ਵਾ, ਬਹੁਤ ਜ਼ਿਆਦਾ ਕਬੱਡੀ ਆਪਾਂ ਨੂੰ ਬਹੁਤ ਕੁਛ ਦਿੱਤਾ ਕਬੱਡੀ ਨੇ ਭਾਜੀ ਆਪਾਂ ਨੂੰ। ਇਹ ਸਮਾਂ ਖੇਡ ਕਬੱਡੀ ਜਿਹੜੇ ਪਾਕਿਸਤਾਨੀ ਵੀ ਤੁਹਾਡੇ ਚਲੋ ਫੈਨ ਆ, ਈਵਨ ਸਾਡੇ ਭਾਰਤ ਵਾਲੇ ਇੰਡੀਆ ਵਾਲੇ ਵੀ ਤੁਹਾਡੇ ਬਹੁਤ ਫੈਨ ਆ, ਉਹਨਾਂ ਨੂੰ ਕੁਛ ਕਬੱਡੀ ਦੇ ਟਿਪਸ ਦੇਣਾ ਚਾਹੁੰਦਾ? ਭਾਜੀ ਉਹਨਾਂ ਨੂੰ ਇਹ ਹੀ ਆ ਕਿ ਬਸ ਜਿਹੜੇ ਸੀਨੀਅਰ ਪਲੇਅਰ ਆ ਉਹਨਾਂ ਦੀ ਇੱਜ਼ਤ ਕਰੋ ਭਾਜੀ, ਅਤੇ ਜਿਹੜੀਆਂ ਲਿਕੁਇਡ ਚੀਜ਼ਾਂ ਉਹਨਾਂ ਤੋਂ ਬਚੋ, ਮਿਹਨਤ ਕਰੋ, ਦੇਸੀ ਖੁਰਾਕ ਖਾਓ। ਸਾਡੇ ਜਿਹੜੀ ਨਵੀਂ ਜਨਰੇਸ਼ਨ ਉਹਨਾਂ ਨੂੰ ਇਹ ਹੁੰਦਾ ਕਿ ਜਲਦੀ ਜਲਦੀ ਉੱਪਰ ਆ ਜਾਈਏ, ਅਤੇ ਪੌੜੀਆਂ ਦਾ ਇਹ ਪੋਡੇ ਪੋਡੇ ਨਾਲ ਬੰਦਾ ਉੱਪਰ ਆਵੇ ਭਾਜੀ, ਕੋਈ ਸਾਲ 2 ਸਾਲ 3 ਸਾਲ ਪਲੇਅਰ ਨੂੰ ਉੱਤੇ ਆਉਣ ਲੱਗਾ ਲੱਗਣ। ਜਿਹੜੇ 6 ਮਹੀਨੇ ਵਾਲੀ ਕਬੱਡੀ ਭਾਜੀ ਬੰਦੇ ਉੱਪਰ ਆਉਂਦੇ, 6 ਮਹੀਨੇ 'ਚ ਡਿੱਗ ਪੈਂਦੇ, ਉਹਨਾਂ ਨੂੰ ਚਾਹੀਦਾ ਕਿ ਵਧੀਆ ਡਾਇਟ ਖਾਣ, ਵਧੀਆ ਮਿਹਨਤ ਕਰਨ ਭਾਜੀ, ਅਤੇ ਜਿਹੜੇ ਇੰਜੈਕਸ਼ਨ ਆ ਸਟੀਰੋਇਡ ਉਹਨਾਂ ਕੋਲ ਬਚਣ ਭਾਜੀ, ਅਤੇ ਵਧੀਆ ਰਹਿਣਗੇ ਭਾਜੀ। ਇੰਜੈਕਸ਼ਨਾਂ ਦੀ ਤੁਸੀਂ ਗੱਲ ਕੀਤੀ, ਨਸ਼ੇ ਦੀ ਗੱਲ ਕੀਤੀ, ਕੀ ਇਹ ਖੇਡ ਦੇ ਵਿੱਚ ਨਸ਼ੇ ਵੀ ਕੀਤੇ ਜਾਂਦੇ ਆ? ਕਿਤੇ ਕਿਤੇ ਹੋ ਜਾਂਦੇ ਭਾਜੀ, ਪਰ ਕਈ ਜਿੱਦਾਂ ਮੰਨ ਲਓ ਕਿ ਜਿੱਥੇ ਖੁੱਲ ਹੁੰਦੀ ਆ, ਜਿੱਥੇ ਟੈਸਟ ਨਹੀਂ ਰੱਖਦੇ ਉੱਥੇ ਇਹੋ ਚਲੋ ਕਰ ਲੈਂਦੇ ਪਲੇਅਰ, ਵਧੋ ਵਧੀ ਅਗਲਾ ਕਰਦਾ ਫਿਰ ਅਗਲਾ ਨੂੰ ਕਰਨਾ ਪੈ ਜਾਂਦਾ, ਲੇਕਿਨ ਮੋਸਟਲੀ ਟੈਸਟ ਹੁੰਦੇ ਆ, ਪਲੇਅਰ ਘੱਟ ਕਰਦੇ ਆ, ਪਰ ਬਦਨਾਮ ਬਹੁਤ ਹੋ ਜਾਂਦੇ ਉਹਨੇ ਲਾਇਆ, ਹਾਲਾਂਕਿ ਬੰਦਾ ਕੋਈ ਪੇਨ ਕਿਲਰ ਲਾਉਂਦਾ ਭਾਜੀ, ਕਿਉਂਕਿ ਦਿਹਾੜੀ 3-4 ਮੈਚ ਖੇਡਣੇ ਔਖੇ ਹੋ ਜਾਂਦੇ, ਪਰ ਦੇਖਣ ਵਾਲਾ ਇਹੀ ਸਮਝਦਾ ਕਿ ਉਹ ਟੀਕਾ ਲੱਗਾ, ਉਹ ਤੋਂ ਬਚਣਾ ਚਾਹੀਦਾ ਭਾਜੀ, ਮਿਹਨਤ ਹੋਵੇ, ਵਧੀਆ ਡਾਇਟ ਵਧੀਆ ਹੋਵੇ, ਬੰਦਾ ਇੰਜਰਡ ਨਹੀਂ ਹੁੰਦਾ ਭਾਜੀ। ਖੁਰਾਕਾਂ ਤੁਹਾਡੀਆਂ ਕਿਹੜੀਆਂ ਹੁੰਦੀਆਂ ਜੀ? ਖੁਰਾਕਾਂ ਦੇਸੀ ਹੁੰਦੀਆਂ ਭਾਜੀ, ਦੁੱਧ ਘਿਓ ਦਹੀਂ ਕੀਮਾ ਗੋਸ਼ਤ ਮੀਟ ਜਿਹੜਾ ਮਟਨ ਆ ਜਾਂ ਦੇਸੀ ਚਿਕਨ ਆ, ਇਹ ਵਧੀਆ ਭਾਜੀ ਡਾਟਾ। ਅੱਜ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਤੁਹਾਡਾ ਨਾਮ ਕਬੱਡੀ ਦੇ ਵਿੱਚ ਵੱਡਾ ਆ, ਕਿੱਦਾਂ ਦਾ ਫੀਲ ਹੋ ਰਿਹਾ? ਭਾਜੀ ਬਹੁਤ ਪਿਆਰ ਮਿਲਦਾ ਜਦੋਂ ਗਰਾਊਂਡ ਜਦੋਂ ਵੀ ਆਈਦਾ ਨਾ, ਪਹਿਲੇ ਉਹਨਾਂ ਲੋਕ ਵੱਧ ਪਿਆਰ ਕਰਦੇ ਆ, ਪਾਕਿਸਤਾਨ ਦੇ ਮੁੰਡੇ 'ਚ ਬਾਕੀ ਨਵੇਂ ਸਾਰੇ ਆਏ ਆ, ਬਲਾਲ ਗੇਰ ਹੋਰੀ ਆਪਣਾ ਕਪਤਾਨ, ਪਰ ਮੈਂ ਪੁਰਾਣਾ ਭਾਜੀ, ਮੈਨੂੰ ਬਹੁਤ ਜ਼ਿਆਦਾ ਪਿਆਰ, ਜਿਹੜੇ ਵੀ ਕਪਲ ਜਾਈਦਾ ਨਾ ਉੱਥੇ ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲਦੇ ਆ, ਲੋਕ ਬਹੁਤ ਜ਼ਿਆਦਾ ਪਿਆਰ ਦਿੰਦੇ ਆ, ਅਤੇ ਉਹਨਾਂ ਨੂੰ ਰਿਕੁਐਸਟ ਇੱਦਾਂ ਹੀ ਪਿਆਰ ਕਰਦੇ ਰਹਿਣ ਭਾਜੀ, ਪਾਕਿਸਤਾਨ 'ਚ ਵੀ ਜਿਹੜੇ ਆਪਾਂ ਨੂੰ ਦੇਖਣ ਡੇ ਆ, ਜਿਹੜੇ ਪਿਆਰ ਕਰਦੇ ਉਹਨਾਂ ਨੂੰ ਵੀ ਥੈਂਕ ਯੂ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਲਵ ਯੂ, ਬਾਕੀ ਪਲੇਅਰਾਂ ਨਾਲ ਪਿਆਰ ਕਰਨਾ ਚਾਹੀਦਾ, ਉਤਾਰ ਚੜਾਓ ਭਾਜੀ ਕਬੱਡੀ ਨਾਲ ਆ ਹੀ ਜਾਂਦਾ ਭਾਜੀ, ਕੋਈ ਚੱਕਰ ਨਹੀਂ ਹੁੰਦਾ। ਬਹੁਤ ਬਹੁਤ ਮਿਹਰਬਾਨੀ ਰਾਣਾ ਅਲੀ ਸ਼ਾਨ ਜੀ, ਰੱਬ ਤੁਹਾਨੂੰ ਇੱਦਾਂ ਹੀ ਤਰੱਕੀਆਂ ਹੋਰ ਦੇਵੇ, ਤੁਸੀਂ ਕਬੱਡੀ 'ਚ ਹੋਰ ਮੱਲਾਂ ਮਾਰੋ ਅਤੇ ਇੱਦਾਂ ਹੀ ਹਰ ਸਾਲ ਕੈਨੇਡਾ ਹੋਰ ਦੇਸ਼ਾਂ ਦੇ ਵਿੱਚ ਵੀ ਖੇਡਦੇ। ਥੈਂਕ ਯੂ ਭਾਜੀ ਜਗਬਾਣੀ ਦਾ, ਆਪਾਂ ਇਹਨਾਂ ਨੂੰ ਯੂਟਿਊਬ 'ਤੇ ਜਾਂ ਅੱਗੇ ਇੰਡੀਆ ਚੈਨਲ ਦੇਖਦੇ ਰਹੀਦਾ ਸੀ, ਅੱਜ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੁਸੀਂ ਗਰਾਊਂਡ 'ਚ ਆਏ। ਮਲਕ ਚੁਕਾਵਲਾ ਜੀ, ਤੁਹਾਡਾ ਜਗਬਾਣੀ ਟੀਵੀ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਭ ਤੋਂ ਪਹਿਲਾਂ ਅਸਲਾਮ ਅਲੈਕੁਮ ਅਤੇ ਸਤਿ ਸ਼੍ਰੀ ਅਕਾਲ, ਅਤੇ ਆਪਾਂ ਆਏ ਹਾਂ ਇੱਥੇ ਖੇਡਣ ਅਤੇ ਬਹੁਤ ਵਧੀਆ ਲੱਗਾ ਭਾਈ, ਬਹੁਤ ਥੈਂਕ ਯੂ ਤੁਹਾਡਾ, ਤੁਹਾਡੇ ਚੈਨਲ ਦਾ,
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ। ਬਲਕਿ ਜੁਕਾਬਲਾ ਜੀ, ਤੁਸੀਂ ਕੈਨੇਡਾ ਦੇ ਵਿੱਚ ਕਿੰਨਵਾਂ ਤੁਹਾਡਾ ਟੂਰਨਾਮੈਂਟ ਹੈ, ਮਤਲਬ ਪਹਿਲੀ ਵਾਰ ਖੇਡਣਾ ਹੈ ਜਾਂ ਇਸ ਤੋਂ ਪਹਿਲਾਂ ਵੀ ਖੇਡਦੇ ਰਹੇ ਹੋ? ਮੈਂ ਭਾਅ ਜੀ ਪਿਛਲੇ ਸਾਲ ਆਇਆ ਸੀ ਅਤੇ ਇਹ ਮੇਰਾ ਦੂਸਰਾ ਸਾਲ ਆ। ਆਪਣਾ ਭਾਅ ਜੀ ਬੂਟੇ ਖੱਕ ਹੋਣੀ, ਕੁਲਵੰਤ ਭਾਅ ਜੀ ਹੋਣੀ ਅਮੈਰੀਕਾ ਤੋਂ, ਅਤੇ ਪਾਲੀ ਵਿਦੇਸ਼ਾ ਭਾਅ ਜੀ ਆਪਣੀ ਸਪੋਰਟ ਕਰਦੇ, ਆਪਣੇ ਪ੍ਰਮੋਟਰ ਆ, ਉਹਨਾਂ ਨੇ ਪੂਰਾ ਆਪਣਾ ਸਾਥ ਦਿੱਤਾ, ਤਿਆਰ ਕੀ ਵੀ ਉਹਨਾਂ ਨੇ ਆਪਾਂ ਨੂੰ ਸੱਦਿਆ ਭਾਅ ਜੀ ਉਹਨਾਂ ਨੇ। ਅੱਛਾ, ਕਬੱਡੀ ਕਦੋਂ ਦੇ ਖੇਡਦੇ ਆ ਜੀ ਤੁਸੀਂ? ਭਾਅ ਜੀ ਮੈਨੂੰ 5 ਸਾਲ ਹੋ ਗਏ ਖੇਡਦੇ ਹਾਂ। ਅੱਛਾ ਜੀ। ਹਾਂਜੀ, ਛੋਟੀ ਉਮਰ 'ਚ ਰੱਬ ਨੇ ਮੌਕਾ ਦੇ ਦਿੱਤਾ ਬਾਹਰ ਖੇਡਣ ਦਾ। ਅੱਛਾ, ਕਿਹੜੇ ਕਿਹੜੇ ਅੱਜ ਤੱਕ ਨਾਮ ਜਿਹੜੇ ਤੁਸੀਂ ਜਿੱਤੇ ਆ? ਭਾਅ ਜੀ ਆਪਾਂ ਮੋਟਰਸਾਈਕਲ ਵੀ ਜਿੱਤੇ ਆ ਪਾਕਿਸਤਾਨ 'ਚ, ਅਤੇ ਵਧੀਆ ਨਾਮ ਵੀ ਜਿੱਤੇ ਆ ਅਲਹਮਦੁਲਿਲਾ। ਜੀ ਜੀ, ਹਾਂਜੀ। ਅੱਛਾ, ਕੋਈ ਕੀ ਫਰਕ ਮਹਿਸੂਸ ਕਰਦੇ ਹੋ ਅੱਜ ਤੁਸੀਂ ਕੈਨੇਡਾ ਦੇ ਵਿੱਚ ਹੋ, ਤੁਸੀਂ ਪਾਕਿਸਤਾਨ ਵੀ ਖੇਡਦੇ ਰਹਿੰਦੇ ਹੋ, ਕਿਹੋ ਜਿਹਾ ਐਕਸਪੀਰੀਅੰਸ ਹੈ? ਭਾਅ ਜੀ ਉੱਥੇ ਆਪਾਂ ਮਿੱਟੀ 'ਤੇ ਖੇਡਦੇ ਹਾਂ ਉੱਥੇ, ਅਤੇ ਇੱਥੇ ਆਪਾਂ ਘਾਹ 'ਤੇ ਖੇਡਦੇ ਹਾਂ, ਇਹ ਫਰਕ ਆ। ਨਾਲੇ ਇੱਥੇ ਤੁਹਾਨੂੰ ਪਤਾ ਕਬੱਡੀ ਦੀ ਕਰੀਮ ਆਈ ਹੁੰਦੀ ਹੈ, ਕਲਾਸ ਸਾਰੇ ਪਲੇਅਰ ਆਏ ਹੁੰਦੇ, ਹਰ ਪਲੇਅਰ ਦਾ ਡਰੀਮ ਹੁੰਦਾ ਵੀ ਮੈਂ ਕੈਨੇਡਾ ਖੇਡਾਂ, ਅਤੇ ਉਹ ਆਪਣਾ ਰੱਬ ਨੇ ਪੂਰਾ ਕੀਤਾ ਕੈਨੇਡਾ ਖੇਡਣ ਦਾ, ਅਤੇ ਉਹ ਵਧੀਆ ਲੱਗਦਾ ਇੱਥੇ ਖੇਡ ਕੇ, ਜਿੰਨੇ ਜੋਗੇ ਆ ਜ਼ੋਰ ਮਾਰੀ ਦਾ ਪੂਰਾ। ਜੀ ਜੀ, ਹਾਂਜੀ। ਅੱਛਾ, ਅੱਜ ਜਿਹੜੇ ਤੁਹਾਨੂੰ ਤੁਹਾਡੇ ਚਾਹੁਣ ਵਾਲੇ ਜਿਹੜੇ ਤੁਹਾਡੇ ਫੈਨ ਆ ਜਾਂ ਜਿਹੜੇ ਕਬੱਡੀ ਦੇ ਵੱਲ ਆਉਣਾ ਚਾਹੁੰਦੇ ਨੌਜਵਾਨ, ਉਹਨਾਂ ਨੂੰ ਕੋਈ ਟਿਪਸ ਦੇਣਾ? ਭਾਅ ਜੀ ਆਪਣਾ ਇਹ ਹੀ ਆ, ਉਹਨਾਂ ਨੂੰ ਮਿਹਨਤ ਕਰਨ, ਜਿੰਨੀ ਵੀ ਮਿਹਨਤ ਕਰਨ ਅਤੇ ਅੱਛੀ ਖੁਰਾਕ ਖਾਣ, ਅਤੇ ਰੱਬ ਸਿਲਾ ਦਿੰਦਾ, ਜਿਹੜਾ ਬੰਦਾ ਮਿਹਨਤ ਕਰਦਾ ਰੱਬ ਉਹਦੀ ਰੱਖਦਾ ਨਹੀਂ, ਉਹਨੂੰ ਰੱਬ ਜ਼ਰੂਰ ਉੱਤੇ ਲੈ ਕੇ ਆਉਂਦਾ, ਅਤੇ ਅੱਛੀ ਖੁਰਾਕ ਖਾਣ, ਅਤੇ ਬਾਕੀ ਸਾਡੇ ਲਈ ਦੁਆ ਕਰਦੇ ਰਹੋ, ਰੱਬ ਸਾਰੇ ਪਲੇਅਰਾਂ ਨੂੰ ਸੱਟ ਪੇਟ ਤੋਂ ਬਚਾਵੇ, ਅਤੇ ਦੁਆਵਾਂ 'ਚ ਯਾਦ ਰੱਖਿਓ। ਕਿੰਨੀ ਕੁ ਮਿਹਨਤ ਕਰਦੇ ਹੋ? ਭਾਅ ਜੀ ਆਪਾਂ 2 ਟਾਈਮ ਕਰੀ ਦੀ, ਸੁਬਹਾ ਸ਼ਾਮ, ਤੋ ਕੋਈ 2 ਘੰਟੇ ਸੁਬਹਾ ਲਾਈ ਦੀ, 3 ਘੰਟੇ ਸ਼ਾਮ, 5-4 ਘੰਟੇ ਬਣੀ ਜਾਂਦੀ ਭਾਅ ਜੀ। ਅੱਛਾ, ਹਾਂਜੀ ਭਾਅ ਜੀ, ਮਿਹਨਤ ਨਹੀਂ ਆ ਸਾਰਾ ਕੁਛ ਭਾਅ ਜੀ। ਬਿਲਕੁਲ ਜੀ, ਹਾਂਜੀ। ਚਲੋ, ਮਾਲਕ ਤੁਹਾਨੂੰ ਹੋਰ ਤੰਦਰੁਸਤੀ ਅਤੇ ਸੱਟ ਪੇਟ ਤੋਂ ਬਚਾਵੇ। ਥੈਂਕ ਯੂ ਜੀ, ਥੈਂਕ ਯੂ। ਇਸੇ ਤਰ੍ਹਾਂ ਹੀ ਇਹਨਾਂ ਟੂਰਨਾਮੈਂਟਾਂ ਦੀ ਸ਼ਾਨ ਬਣਦੇ ਰਹੋ। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਜੋਤੀ ਕਾਲਗੜ ਜੀ, ਜਗਬਾਣੀ ਟੀਵੀ 'ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਵੀ ਤੁਹਾਡਾ, ਸਾਰੇ ਜਗਬਾਣੀ ਟੀਮ ਦਾ। ਅੱਛਾ ਜੋਤੀ ਜੀ, ਤੁਸੀਂ ਕੈਨੇਡਾ ਦੇ ਵਿੱਚ ਤੁਹਾਡਾ ਪਹਿਲਾ ਚੱਕਰ ਆ ਜਾਂ ਪਹਿਲਾਂ ਵੀ ਖੇਡਣ ਆਉਂਦੇ ਰਹੇ ਹੋ? ਹਾਂਜੀ, ਨਹੀਂ, ਮੇਰਾ ਪਿਛਲੇ ਸਾਲ ਵੀ ਖੇਡਣ ਆਏ ਸੀ, ਤਾਂ ਇੱਕ ਤਾਂ ਦੂਜੀ ਵਾਰੀ ਖੇਡਣ ਆਏ, ਦੂਜਾ ਚੱਕਰ ਆ ਕੈਨੇਡਾ ਖੇਡਣ ਦਾ। ਹਾਂਜੀ, ਅਤੇ ਮੈਂ ਜੇ ਤੁਹਾਡੇ ਉਸਤਾਦ ਬਾਰੇ ਪੁੱਛਣਾ ਹੋਵੇ, ਉਸਤਾਦ ਕੌਣ ਹੈ ਤੁਹਾਡਾ ਇਸ ਖੇਡ ਦੇ ਵਿੱਚ? ਉਸਤਾਦ ਬਈ ਪਹਿਲਾਂ ਆਪਣੇ ਪਿੰਡੋਂ ਮਾਸਟਰ ਸੀ ਸਰਕਾਰੀ, ਬੱਬੀ ਮਾਸਟਰ ਜੀ, ਉਹ ਹਾਂਜੀ ਘੋਲ ਕਰਾਉਂਦੇ ਰਹੇ ਜੀ। ਉਦੋਂ ਬਾਅਦ ਬਾਈ ਲਖਵੀਰ ਨੇ ਪਿੰਡੋਂ ਆਪਣੀ, ਉਹ ਸਾਨੂੰ ਖੜਾਉਂਦੇ ਰਹੇ ਨਿੱਕੇ ਹੁੰਦੇ ਜੀ, ਅਤੇ ਬਾਈ ਲਖਵੀਰ ਨੇ ਆਪਾਂ ਸ਼ੁਰੂ ਤੋਂ ਕਰਾਇਆ ਜੀ, ਤਾਂ ਆਪਣੇ ਫਾਦਰ ਸਾਹਿਬ ਵੀ ਆਪਣੇ ਖੜਾਉਂਦੇ ਰਹੇ ਜੀ। ਅੱਛਾ, ਹਾਂਜੀ। ਇਹ ਕਦੋਂ ਦੀ ਸ਼ੁਰੂ ਕੀਤੀ ਤੁਸੀਂ ਕਬੱਡੀ ਖੇਡਣੀ? ਕਬੱਡੀ ਨੂੰ ਹੋ ਗਿਆ ਜੀ 2014-15 ਸ਼ੁਰੂ ਕੀਤੀ ਜੀ, ਓਪਨ ਖੇਡਣੀ 2019-20 'ਚ ਸ਼ੁਰੂ ਕੀਤੀ ਜੀ। ਅੱਛਾ, ਹਾਂਜੀ। ਅਤੇ ਅੱਜ ਤੱਕ ਕਿੰਨੇ ਕੁ ਨਾਮ ਜਿੱਤੇ ਆ? ਅਜੇ 5 ਮੋਟਰਸਾਈਕਲ ਜਿੱਤੇ ਜੀ, ਇੱਕ ਮੋਟਰਸਾਈਕਲ ਮੋਟਰਾਂ ਸਪਲੈਂਡਰ ਜੀ, ਜਿਵੇਂ ਅਸੀਂ ਡੀਲੈਕਸ ਜੀ, ਪਲਟੀਨਾ ਹੋ ਗਿਆ ਜੀ, ਅਤੇ ਆਪਣੇ ਬਾਈ ਲਖਵੀਰ ਨੇ ਪਿੰਡਾਂ ਦੇ ਮੁੰਡਿਆਂ ਨੇ ਇੱਕ ਆਪਣੇ ਪਿੰਡ ਸਨਮਾਨਿਤ ਕੀਤਾ ਡੀਲੈਕਸ ਮੋਟਰਸਾਈਕਲ ਜੀ, ਕਾਲਗੜ੍ਹ ਮੇਲੇ 'ਤੇ ਜੀ। ਜਦੋਂ ਕਬੱਡੀ ਦੀ ਸ਼ੁਰੂਆਤ ਕੀਤੀ ਅਤੇ ਜਦੋਂ ਪੈਰ ਧਰਾਵਾ ਕੀਤਾ ਇਸ ਖੇਡ ਵਿੱਚ, ਅਤੇ ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਸੀਗਾ? ਪਰਿਵਾਰ ਹਮੇਸ਼ਾ ਸਾਥ ਦਿੰਦਾ ਪੂਰਾ ਜੀ। ਪਰਿਵਾਰ ਕਈ ਵਾਰ ਨਹੀਂ ਵੀ ਖੇਡਣ ਜਾਂਦੇ, ਉਹ ਲੜਦੇ ਸਗੋਂ, ਉਹਨਾਂ ਨੂੰ ਖੇਡਣ ਨਹੀਂ ਜਾਂਦਾ, ਘਰ ਬੈਠਾ ਜਾ ਤੂੰ ਖੇਡੀ, ਮਾਂ ਪਿਓ ਦਾ ਆਪਾਂ ਨੂੰ ਖੁੱਲ੍ਹੀ ਛੋੜ, ਡੈਡੀ ਜਿਹੜੀ ਚੀਜ਼ ਕਹੀਏ ਘਰੇ ਮੁੱਕਣ ਤੋਂ ਮੌਕਿਆਂ ਦੀ ਪਹਿਲੇ ਲਿਆ ਦਿੰਦੇ, ਕਹਿਣ ਤੋਂ ਹੀ ਖੁਰਾਕ ਪਾਣੀ ਦਾ, ਮਿਹਨਤ ਦਾ, ਕੋਈ ਆਪਾਂ ਨੂੰ ਤੋੜ ਨਹੀਂ, ਉਹਦੇ ਫਾਦਰ ਸਾਹਿਬ ਉਹਦੇ ਲਿਆ ਦਿੰਦੇ ਆਪਾਂ ਨੂੰ ਜੀ। ਸਪੈਸ਼ਲੀ ਜਦੋਂ ਤੁਸੀਂ ਰੇਡ 'ਤੇ ਗਏ ਹੋ, ਕੋਈ ਵੱਡਾ ਜਿਹੜਾ ਟੂਰਨਾਮੈਂਟ ਦੌਰਾਨ ਕੋਈ, ਜਦੋਂ ਡਾਲਰਾਂ ਦੀ, ਹਾਂਜੀ, ਤੁਹਾਨੂੰ ਪਤਾ ਵੀ ਲੋਕ ਜਦੋਂ ਖੇਡਦੇ ਨੂੰ ਦੇਖਦੇ ਆ, ਹਾਂਜੀ ਹਾਂਜੀ, ਤੇ ਉਹ ਲਾ ਦਿੰਦੇ ਵੀ ਇਸ ਨੂੰ ਜਿਹੜਾ ਜੱਫਾ ਲਾਊਗਾ ਇੰਨਾ ਨਾਮ, ਤੁਹਾਡੇ ਲਈ ਕੋਈ ਨਾਮ ਕੋਈ ਯਾਦ ਹੋਵੇ? ਨਹੀਂ, ਹਜੇ ਆਪਣੇ ਤਾਂ ਨਹੀਂ ਨਾ ਲੱਗੇ ਜੀ, ਪੈਸੇ ਲੱਗੇ ਜੀ, ਮਤਲਬ ਇੱਥੋਂ ਬਾਈ ਜਿਹੜਾ ਨੇ ਆਪਾਂ ਨੂੰ $50 ਦਿੱਤੇ ਜੀ। ਹਾਂਜੀ, ਹੁਣ ਹਜੇ ਤੱਕ ਲੱਗੇ ਆਪਣੇ ਦੇ ਪੈਸੇ ਜੀ। ਅੱਛਾ, ਹਾਂਜੀ। ਅਤੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਮਾਂ ਖੇਡ ਕਬੱਡੀ ਬਾਰੇ? ਮਾਂ ਖੇਡ ਕਬੱਡੀ ਕਰਕੇ ਸਾਰਾ ਕੁਛ ਜੀ, ਜੋ ਵੀ ਦਿੱਤਾ, ਨਾਮ ਦਿੱਤਾ ਆਪਾਂ ਨੂੰ ਖੇਡਣ ਜੀ,
ਕਬੱਡੀ ਨੇ ਇੱਥੋਂ ਤੱਕ ਪਹੁੰਚਾਇਆ ਹੀ ਨਹੀਂ, ਤੁਹਾਨੂੰ ਕਿੱਥੇ ਪਿੰਡ ਜਾਣੇ, ਕਬੱਡੀ ਕਰਕੇ ਜਾਣਦੇ ਸੀ ਆਪਣਾ ਸੁਪਨਾ ਸੀ ਪਿੰਡ ਦਾ ਨਾਂ ਕੱਢਣਾ ਜੀ, ਪਿੰਡ ਦਾ ਨਾਂ ਕੱਢਿਆ ਆਪਾਂ ਸਾਰੇ ਹੀ, ਹਰੇਕ ਪਾਸੇ ਵੀ ਪਿੰਡ ਕਾਲਗੜ੍ਹ ਦਾ ਨਾਂ ਚਮਕਾਉਣਾ ਸੀ, ਆਹੀ ਆਪਣੇ ਮਨ ਦੀ ਇੱਛਾ ਸੀ, ਆਪਣੇ ਵਾਹਿਗੁਰੂ ਨੇ ਪੂਰੀ ਕਰਤੀ। ਹਾਂਜੀ, ਪਿੰਡ ਵਾਸਤੇ ਖੇਡਣਾ ਆਪਾਂ, ਪਿੰਡ ਹੀ ਸਾਰਾ ਕੁਛ ਆਪਣਾ, ਪਿੰਡ ਦਾ ਆਪਾਂ ਪੂਰਾ ਸਾਥ ਦਿੰਦੇ, ਲੋਕ ਕਿੰਨਾ ਕਮਾਂਡ ਕਰਦੇ ਆ, ਬਹੁਤ ਵੀ ਪਿੰਡ ਆਪਣਾ ਸਾਰੇ ਬਹੁਤ ਸਾਥ ਦਿੰਦਾ ਵੀ, ਪੂਰਾ ਖੁਸ਼ ਹੁੰਦੇ ਆਪਣੇ ਯਾਰ ਬੇਲੀ ਹੋ ਗਿਆ ਸਾਰੀ, ਸਾਰੇ ਆਪਣਾ ਪੂਰਾ ਸਾਥ ਦਿੰਦੇ ਆ ਵੀ। ਹਾਂਜੀ, ਹੌਸਲਾ ਦਿੰਦੇ ਆ ਪੂਰੀ, ਕੋਈ ਕਮੀ ਹੁੰਦੀ, ਕੋਈ ਚੀਜ਼ ਹੋਵੇ, ਲੋੜ ਹੋਵੇ ਉਹਦੀ ਪੂਰੀ ਕਰ ਦਿੰਦੇ ਸਾਰੀ। ਹਾਂਜੀ, ਸਾਡੀਆਂ ਸ਼ੁਭ ਇਸ਼ਾਵਾਂ ਤੇ ਦੁਆਵਾਂ ਤੁਹਾਡੇ ਨਾਲ ਜੀ, ਇਸੇ ਤਰ੍ਹਾਂ ਹੀ ਕਬੱਡੀ ਦੇ ਵਿੱਚ ਆਉਂਦੇ ਰਹੋ। ਹਾਂਜੀ, ਥੈਂਕ ਯੂ ਭਾਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਕਿੰਦਾ ਜੀ, ਸਭ ਤੋਂ ਪਹਿਲਾਂ ਜਗਬਾਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵਾਚ ਕਰਦੇ ਜਗਬਾਣੀ ਨੂੰ, ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਬਾਈ ਜੀ, ਖੇਡ ਮਾਂ ਖੇਡ ਕਬੱਡੀ ਨਾਲ ਕਦੋਂ ਦੇ ਜੁੜੇ ਹੋਏ ਹੋ, ਕਦੋਂ ਪਹਿਲੀ ਵਾਰੀ ਖੇਡਣਾ ਸ਼ੁਰੂ ਕੀਤਾ? ਖੇਡਣਾ ਬਾਈ ਛੋਟੇ ਹੁੰਦੇ ਕਰਤਾ ਹੈਗਾ ਬਾਈ, ਘਰ ਦੇ ਹਾਲਾਤ ਥੋੜ੍ਹੇ ਜ਼ਿਆਦਾ ਮਾੜੇ ਸੀਗੇ, ਜਿੱਦਾਂ ਬਾਪੂ ਮੇਰਾ ਬਾਈ 2001 'ਚ ਪੂਰਾ ਹੋ ਗਿਆ ਹੈਗਾ। ਅੱਛਾ ਜੀ। ਫਿਰ ਉਦੋਂ ਭਾਈ ਲੋਕਾਂ ਨੇ ਕਹਿਣਾ ਤੂੰ ਦਿਹਾੜੀ ਜਾਇਆ ਕਰ, ਕੰਮ ਜਾਇਆ ਕਰ, ਪਰ ਮੇਰੀ ਮਾਂ ਦੀ ਬੜੀ ਸਪੋਰਟ ਸੀਗੀ ਜੀ ਭਾਈ, ਮੈਂ ਤੁਰ ਕੇ ਗਰਾਊਂਡ ਜਾਂਦਾ ਹੁੰਦਾ ਬਾਈ, 2-3 ਕਿਲੋਮੀਟਰ ਗਰਾਊਂਡ ਹੁੰਦੀ ਸੀਗੀ। ਅੱਛਾ ਜੀ। ਤੁਰ ਕੇ ਜਾਣਾ, ਸਾਈਕਲ ਵੀ ਨਹੀਂ ਹੋਣਾ ਸੀ ਬਾਈ ਕੋਲ, ਕਈਆਂ ਨੇ ਟੀਚਰਾਂ ਵੀ ਕਰਨੀਆਂ ਵੀ ਤੂੰ ਕੀ ਕਿਹੜੇ ਕੰਮੀ ਪਿਆ ਆ, ਹਨਾ ਰਿਸ਼ਤੇਦਾਰਾਂ ਨੇ ਵੀ ਕਿਸੇ ਨੇ ਹੈਲਪ ਤਾਂ ਨਹੀਂ ਕਰਨੀ ਬਾਈ, ਸਾਰਾ ਰਿਸ਼ਤੇਦਾਰ ਬਾਹਰ ਹੀ ਆਪਣੇ, ਕਿਸੇ ਨੇ ਹੈਲਪ ਨਹੀਂ ਕਰਨੀ ਬਾਈ, ਉਹ ਕਹਿਣਾ ਮੁੰਡੇ ਨੂੰ ਦਿਹਾੜੀ ਭੇਜਿਆ ਕਰ, ਹਨਾ। ਫਿਰ ਹੌਲੀ ਹੌਲੀ ਬਾਈ ਸੋਚਿਆ ਯਾਰ ਕਬੱਡੀ ਖੇਡ, ਤਕੜੇ ਬੰਦੇ ਖੇਡ ਸਕਦੇ ਨਾ, ਖੁਰਾਕ ਪਾਣੀ ਨਹੀਂ ਹੁੰਦਾ। ਫਿਰ ਬਾਈ ਅਸੀਂ ਮੈਂ ਕੰਮ ਤੇ ਵੀ ਜਾਣਾ ਸ਼ੁਰੂ ਕੀਤਾ ਸਰੀਏ ਦੇ, ਮਹੀਨਾ ਕੇ ਗਿਆ ਬਾਈ, ਫਿਰ ਨਹੀਂ, ਮੈਂ ਕਿਹਾ ਯਾਰ ਕਬੱਡੀ ਖੇਡਦੇ ਆ ਬਾਈ, ਵਧੀਆ ਬਾਈ, ਮਹਾਰਾਜ ਨੇ ਸੁਣ ਲਈ ਬਾਈ, ਵਾਹਿਗੁਰੂ ਦੀ ਬਹੁਤ ਕਿਰਪਾ, ਹੁਣ ਭਾਜੀ ਹੁਣ ਵਧੀਆ ਆ ਬਾਈ। ਸੋ ਪਹਿਲੀ ਵਾਰ ਫਿਰ ਜਦੋਂ ਤੁਸੀਂ ਇਸ ਖੇਡ ਪ੍ਰਤੀ ਮਤਲਬ ਸਟਾਰਟ ਕਰ ਦਿੱਤਾ, ਰੁਝਾਨ ਹੋ ਗਿਆ ਵੀ ਮੈਂ ਕਬੱਡੀ ਖੇਡਣੀ ਆ, ਪਹਿਲਾਂ ਕਿਹੜੇ ਮੁਲਕ 'ਚ ਗਿਆ ਖੇਡਣ? ਪਹਿਲਾਂ ਬਾਈ ਮੈਂ ਮਲੇਸ਼ੀਆ ਗਿਆ ਹੈਗਾ ਪਹਿਲੇ ਸਾਲ ਖੇਡਣ, ਅਤੇ ਉਦੋਂ ਮੇਰੀ ਲੁੱਦੜ ਭਾਈ ਨੇ, ਸੰਦੀਪ ਲੁੱਦੜ ਭਾਈ ਨੇ ਮੈਨੂੰ ਕਿਹਾ ਹੈਗਾ ਵੀ ਤੂੰ ਖੇਡ ਕੇ ਆ ਉੱਥੇ, ਪਹਿਲੀ ਵਾਰੀ ਜਾ ਕੇ ਆ, ਅਤੇ ਉਦੋਂ ਮੈਂ ਪਹਿਲੀ ਵਾਰੀ ਮਲੇਸ਼ੀਆ ਖੇਡਿਆ ਸੀ ਬਾਈ। ਹਾਂਜੀ। ਸੋ ਇਹ ਕੈਨੇਡਾ 'ਚ ਕਿੰਨਵੀਂ ਵਾਰ ਆਏ ਹੋ? ਭਾਈ ਕੈਨੇਡਾ ਪਹਿਲੀ ਵਾਰੀ ਆਏ ਹਾਂ ਬਾਈ, ਅਤੇ ਆਪਾਂ ਮੈਂ ਪਿਛਲੇ ਸਾਲ ਇੰਗਲੈਂਡ ਖੇਡਿਆ ਸੀ ਬਾਈ, ਅਤੇ ਬਾਬੇ ਦੀ ਮਿਹਰ ਨਾਲ ਪੂਰਾ ਵਧੀਆ, ਬਾਬੇ ਦੀ ਮਿਹਰ ਨਾਲ ਉੱਥੇ ਖੇਡ ਹੋਇਆ ਸੀ ਬਾਈ, ਇਸ ਸਾਲ ਇੱਧਰ ਆ ਗਏ ਬਾਈ ਕੈਨੇਡਾ ਦੇ। ਅਤੇ ਪੰਜਾਬ ਦੇ ਵਿੱਚ ਵੀ ਫਿਰ ਮਤਲਬ ਕਿਹੜੀ ਟੀਮ ਵੱਲੋਂ ਖੇਡਦੇ ਹੋ? ਪੰਜਾਬ 'ਚ ਬਾਈ NRI ਨਕੋਦਰ ਮੰਗੀ ਸਤਾਦਨਾ, ਅਤੇ ਮੰਨਾ ਨਕੋਦਰ ਸਾਡਾ ਕੋਚ ਆ, ਉਹਦੇ ਨਾਲ ਖੇਡੀ ਦਾ ਬਾਈ ਪੰਜਾਬ ਦੇ ਮੈਚਾਂ ਦੇ ਸਾਰੇ, ਉਹ ਉੱਧਰ ਹੀ ਮੈਚ ਖੇਡਦਾ ਬਾਈ। ਅੱਜ ਤੱਕ ਇਨਾਮ ਕਿਹੜੇ ਕਿਹੜੇ ਜਿੱਤੇ ਫਿਰ? ਨਾ ਬਾਈ ਮੈਂ ਮੋਟਰਸਾਈਕਲ ਜਿੱਤਿਆ ਹੈਗਾ ਬਾਈ, ਅਤੇ ਥੋੜ੍ਹੇ ਨਗਦ ਪ੍ਰਾਈਜ਼ ਭਾਈ ਜਿੱਤਿਆ ਆ, ਅਤੇ ਉੱਦਾਂ ਕੈਨੇਡਾ 'ਚ ਇੰਗਲੈਂਡ 'ਚ ਭਾਈ ਮੈਂ 3 ਕੱਪਾਂ ਦਾ ਬੈਸਟ ਸੀਗਾ, ਅਤੇ ਇੰਨਾ ਕੁ ਹੀ ਭਾਈ ਜਿੱਤਿਆ ਬਾਬ। ਹਾਂਜੀ। ਅੱਛਾ, ਤੁਸੀਂ ਦੱਸਿਆ ਵੀ ਮੈਂ ਗਰੀਬੀ ਤੋਂ ਉੱਠ ਕੇ ਇਸ ਖੇਡ ਵੱਲ ਜੁੜਿਆ, ਅਤੇ ਅੱਜ ਫਿਰ ਪਿੰਡ ਦੇ ਲੋਕ ਕਿੰਨਾ ਕੁ ਮਾਣ ਕਰਦੇ ਆ? ਮਾਣ ਤਾਂ ਭਾਈ ਯਾਰ ਸਾਰੇ ਮਾਣ ਹੀ ਕਰਦੇ ਆ, ਹੈ ਨਾ, ਅਤੇ ਪਰ ਤੁਹਾਨੂੰ ਵੀ ਪਤਾ ਜਦੋਂ ਜੇ ਕਿਸੇ ਮਾਂ ਦੇ ਪੁੱਤ ਦਾ ਸਪੀਕਰਾਂ 'ਚ ਨਾ ਬੋਲਦਾ ਹੁੰਦਾ ਨਾ, ਉਹ ਆਪਣਾ ਹੀ ਕੋਈ ਜਰਦਾ ਹੁੰਦਾ ਬਾਈ। ਹਾਂ, ਅਤੇ ਪਰ ਵਧੀਆ ਸਪੋਰਟ ਆ ਭਾਈ, ਪਰ ਖਾਣਾ ਤਾਂ ਆਪਣੇ ਘਰੋਂ ਹੀ ਪੈਂਦਾ ਬਾਈ, ਹੈ ਨਾ, ਫਰੈਂਡ ਸਰਕਲ ਆ ਮੁੰਡੇ ਕੈਨੇਡਾ ਆ, ਵਧੀਆ ਹੈਲਪ ਕਰਦੇ ਬਾਈ ਆਪਣੀ, ਹੈ ਨਾ, ਅਤੇ ਬਾਕੀ ਤਾਂ ਬਾਈ ਘਰੋਂ ਹੀ ਆ, ਜਿੰਨੀ ਕੁ ਸਪੋਰਟ ਆ ਮਾਂ ਦੀ ਸਪੋਰਟ ਰਹੀ ਆ ਬਾਈ, ਭੈਣ ਮੇਰੀ ਆਸਟ੍ਰੇਲੀਆ ਆ ਉਹਦੀ ਸਪੋਰਟ ਰਹੀ ਆ। ਉਦੋਂ ਬਾਅਦ ਗੇਮ ਠੀਕ ਸੀ ਭਾਈ, ਫਿਰ ਮੇਰੀ ਮੈਰਿਜ ਹੋ ਗਈ, ਫਿਰ ਮੇਰੀ ਵਾਈਫ ਦੀ ਬਹੁਤ ਸਪੋਰਟ ਰਹੀ, ਹੈ ਨਾ, ਅਤੇ ਫਿਰ ਮੈਂ ਬਾਬੇ ਦੀ ਮਿਹਨਤ, ਉਦੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਹੀ ਮੈਂ ਬਾਹਰ ਬੂਰ ਖੇਡਣਾ ਸ਼ੁਰੂ ਕੀਤਾ, ਅਤੇ ਮੋਟਰਸਾਈਕਲ ਵੀ ਉਦੋਂ ਜਿੱਤਿਆ ਸੀ, ਉਦੋਂ ਬਾਅਦ 'ਚ ਮੈਂ ਅਕੈਡਮੀਆਂ ਕੁਡਮੀਆਂ ਦੇ ਮੈਚ ਵਧੀਆ ਖੇਡਣੇ ਸ਼ੁਰੂ ਕੀਤੇ ਬਾਈ। ਹਾਂਜੀ। ਅੱਜ ਕੈਨੇਡਾ ਆਏ ਹੋ, ਕਿੰਨਾ ਕੁ ਮਾਣ ਮਹਿਸੂਸ ਹੁੰਦਾ? ਕੈਨੇਡਾ ਬਾਈ ਵੈਸੇ ਸੁਪਨਾ ਸੀਗਾ ਜਦੋਂ ਤੁਰ ਕੇ ਗਰਾਊਂਡ ਆਉਣਾ ਵੀ ਅਸੀਂ ਵੀ ਕੈਨੇਡਾ ਆਵਾਂਗੇ, ਵਧੀਆ ਲੱਗਾ ਬਾਈ ਇੱਥੇ ਆਣ ਕੇ, ਅਤੇ ਕੁਛ ਮਾੜਾ ਵੀ ਲੱਗਾ, ਕੁਛ ਵਧੀਆ ਵੀ ਲੱਗਾ, ਅਤੇ ਵਧੀਆ ਬਾਈ ਕੈਨੇਡਾ ਠੀਕ ਆ, ਪਰ ਤੁਹਾਨੂੰ ਪਤਾ ਇੱਥੇ ਦੇ ਹਾਲਾਤ ਥੋੜ੍ਹੇ ਮਾੜੇ ਆ, ਬਸ ਇਹੋ ਹੀ ਆਪਾਂ ਕਹਾਂਗੇ ਜੇ ਕੋਈ ਸੁਣਦਾ ਆ,
ਤੇ ਦੂਰੋਂ ਨਾ ਕੈਨੇਡਾ ਨੂੰ ਦੇਖੋ ਭਾਈ ਵਿੱਚ ਵੜ ਕੇ ਇਹਦੇ ਪਤਾ ਲੱਗਦਾ ਆ ਐਵੇਂ ਆਪਦੇ ਬੱਚਿਆਂ ਦੀ ਆਪਾਂ ਜ਼ਿੰਦਗੀ ਖਰਾਬ ਕਰਨ ਦੇ ਇੱਥੇ ਸੱਦ ਕੇ ਅਤੇ ਇੰਡੀਆ ਪੰਜਾਬ ਭਾਈ ਬਹੁਤ ਵਧੀਆ ਹੈਗਾ ਪਰ ਇਹਨੂੰ ਆਪਣੇ ਲੋਕਾਂ ਨੇ ਬਦਨਾਮ ਜ਼ਿਆਦਾ ਕਰਤਾ ਵੀ ਨਸ਼ਾ ਬਹੁਤ ਆ ਬਾਈ ਸਭ ਕੁਛ ਵੀ ਇੱਥੇ ਵੀ ਬਾਈ ਸਭ ਕੁਛ ਮਿਲਦਾ ਹੀ ਹੈ ਨਾ ਅਤੇ ਪਰ ਇੱਦਾਂ ਪੰਜਾਬ ਆਪਣਾ ਪੰਜਾਬ ਹੀ ਉੱਥੇ ਰਹਿ ਕੇ ਕੋਈ ਬਿਜ਼ਨਸ ਕਰੋ ਜਾਂ ਕੁਛ ਕਰੋ ਅਤੇ ਇੱਥੇ ਜ਼ਿਆਦਾ ਐਵੇਂ ਨਾ ਮੂੰਹ ਚੱਕ ਕੇ ਸਾਰੇ ਆਈ ਜਾਓ ਹੈ ਨਾ ਕਿਉਂਕਿ ਇੱਥੇ ਦੇ ਹਾਲਾਤ ਜਿੰਨੇ ਕੁ ਆਪਾਂ ਦੇਖਦੇ ਹਾਂ ਵਿੱਚ ਵੜ ਕੇ ਬਹੁਤ ਮਾੜੇ ਆ ਇਸ ਕਰਕੇ ਮੈਂ ਕਹਿੰਦਾ ਵਧੀਆ ਪੜ੍ਹਾਈ ਕਰੋ ਇੰਡੀਆ ਹੀ ਰਹਿ ਕੇ ਆਪਣਾ ਪੰਜਾਬ ਹੀ ਆਪਣਾ ਆਪਾਂ ਪੰਜਾਬ ਰਹੀਏ ਨਹੀਂ ਤਾਂ ਪੰਜਾਬ ਤੋਂ ਭਾਈ ਖਾਲੀ ਹੋਈ ਜਾਂਦਾ ਇਹੋ ਮੈਸੇਜ ਭਾਈ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਅਖੀਰ ਦੇ ਵਿੱਚ ਕੋਈ ਗੱਲ ਐਡ ਕਰਨੀ ਚਾਹੁੰਦੇ ਹੋ ਤਾਂ ਇਹੋ ਹੀ ਭਾਈ ਮਿਹਨਤ ਕਰੋ ਸਾਰੇ ਜਣੇ ਭਾਜੀ ਜਿਹੜਾ ਕਬੱਡੀ ਪਲੇਅਰ ਆ ਵਧੀਆ ਖੁਰਾਕ ਖਾਓ ਮਿਹਨਤ ਕਰੋ ਮਨ ਸਾਫ਼ ਰੱਖੋ ਪਰਮਾਤਮਾ ਸਾਰੇ ਪਾਸੇ ਲੈ ਕੇ ਜਾਂਦਾ ਹਨਾ ਨਹੀਂ ਸਾਡੀ ਭਾਈ ਔਕਾਤ ਨਹੀਂ ਸੀ ਸਾਨੂੰ ਤਾਂ ਡੁਬਈ ਡੁਬਈ ਜਾਣਾ ਪੈਣਾ ਹੈਗਾ ਭਾਈ ਪੈਸੇ ਪੂਏ ਉਹ ਵੀ ਲੋਨ ਚੱਕ ਕੇ ਪਰ ਹੁਣ ਕਦੀ ਇੰਗਲੈਂਡ ਚੱਲ ਜਾਈਦਾ ਕੈਨੇਡਾ ਚੱਲ ਜਾਈਦਾ ਹੁਣ ਜਹਾਜ਼ ਇੱਥੇ ਆਏ ਆ ਭਾਜੀ ਮੈਚ ਖੇਡਣ ਅੱਜ 11 ਵਜੇ ਦੀ ਫੇਰ ਫਲੈਟ ਆ ਫੇਰ ਚੱਲ ਜਾਣਾ ਫੇਰ ਫਲੈਟ ਆ ਜਾਣੀ ਭਾਜੀ ਹੈ ਨਾ ਵੀ ਉਹ ਖੁਸ਼ੀ ਵੀ ਹੁੰਦੀ ਭਾਜੀ ਪਰ ਮਿਹਨਤ ਆ ਭਾਜੀ ਸਟਰਗਲ ਬਹੁਤ ਕੀਤੀ ਆ ਤਾਂ ਹੁਣ ਬਾਬੇ ਦੀ ਪੂਰੀ ਕਿਰਪਾ ਭਾਜੀ ਮਹਾਰਾਜ ਹੋਰ ਮਿਹਨਤ ਕਰਾਂਗੇ ਹੋਰ ਉੱਪਰ ਜਾਵਾਂਗੇ ਹੈ ਨਾ ਹਜੇ ਆਪਣੀ ਖੁਆਇਸ਼ ਆ ਵੀ ਹੋਰ ਮਿਹਨਤ ਕਰਕੇ ਵਿਅਕਤੀ ਵਾਹਿਗੁਰੂ ਕਿਰਪਾ ਕਰੇ ਵਧੀਆ ਖੇਡਾਂਗੇ ਬਾਈ ਬਹੁਤ ਮਿਹਰਬਾਨੀ ਜੀ ਸਾਡੀਆਂ ਸ਼ੁਭ ਦੁਆਵਾਂ ਅਤੇ ਇਸ਼ਾਵਾਂ ਤੁਹਾਡੇ ਨਾਲ ਤੁਸੀਂ ਇਸੇ ਤਰ੍ਹਾਂ ਹੀ ਕਬੱਡੀ ਦੇ ਵਿੱਚ ਛਾਉਂਦੇ ਰਹੋ ਧੰਨਵਾਦ ਧੰਨਵਾਦ ਬਾਈ ਸਾਰਿਆਂ ਦਾ ਜਿੰਨਾ ਕਹਿ ਸਕੀਏ ਵੀ ਸਾਡੀ ਸੌਕਰ ਵਾਂਗ ਔਰ ਹਾਕੀ ਵਾਂਗ ਸਾਡੇ ਵੀ ਗਰਾਊਂਡ ਹੈ ਦੋ ਸ਼ਬਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਿਡਾਰੀਆਂ ਦੇ ਲਈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਦੇਵ ਸਿੰਘ ਉੱਪਰ ਮੈਂਬਰ ਪਾਰਲੀਮੈਂਟ ਅਤੇ ਕੰਸਰਵੇਟਿਵ ਪਾਰਟੀ ਕੈਂਡੀਡੇਟ ਡੈਪਟੀ ਲੀਡਰ ਅਤੇ ਮੇਰੇ ਨਾਲ ਮੈਂਬਰ ਪਾਰਲੀਮੈਂਟ ਇੱਥੋਂ ਦੇ ਲੋਕਲ ਫੋਰਸ ਲਾਅ ਦੇ ਜਸਰ ਸਿੰਘ ਹੱਲਨ ਸਾਡੇ ਪਾਰਟੀ ਦੇ ਸ਼ੈਰੋ ਕੈਬਨਿਟ ਮਿਨਿਸਟਰ ਅਤੇ ਸਾਡੇ ਕੰਸਰਵੇਟਿਵ ਪਾਰਟੀ ਕੈਨੇਡਾ ਦੇ ਲੀਡਰ ਪੀਅਰ ਪਾਲੀਆ ਵੱਲੋਂ ਤੁਹਾਨੂੰ ਬਹੁਤ ਬਹੁਤ ਕਮੇਟੀ ਨੂੰ ਮਾਡਲ ਇੰਡੀਆ ਸਪੋਰਟਸ ਕਲੱਬ ਨੂੰ ਬਹੁਤ ਬਹੁਤ ਵਧਾਈਆਂ ਵੀ ਅੱਜ ਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਬੱਡੀ ਟੂਰਨਾਮੈਂਟ ਅਤੇ ਇਹ ਮੇਲਾ ਔਰਗਨਾਈਜ਼ ਕੀਤਾ ਗਿਆ ਸੋ ਜਿੰਨੇ ਵੀ ਸਪੋਰਟਰ ਨੇ ਸਪੋਂਸਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੁਨੀਆ ਭਰ ਦੇ ਟੌਪ ਦੇ ਕਬੱਡੀ ਪਲੇਅਰ ਅੱਜ ਪਹੁੰਚੇ ਹੋਏ ਆ ਕੈਲਗਰੀ ਦੇ ਕਬੱਡੀ ਦੇ ਫੈਨਸ ਨੂੰ ਮੌਕਾ ਮਿਲਿਆ ਇਸ ਕਬੱਡੀ ਦੇ ਮੈਚ ਦੇਖਣ ਲਈ ਅਤੇ ਮੈਂ ਇਹ ਵੀ ਕਹੂੰਗਾ ਵੀ ਬਿੰਦਾ ਸੰਧੂ ਸਾਡੇ ਵੀਰ ਟੀਮ ਦੇ ਮੈਂਬਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਸਪੋਰਟ ਕਰਦੇ ਰਹੇ ਹਾਂ ਹਮੇਸ਼ਾ ਰੀਅਲੀ ਅਪਰੀਸ਼ੀਏਟ ਦੈਟ ਅਤੇ ਇਸੇ ਤਰ੍ਹਾਂ ਹੀ ਤੁਸੀਂ ਮਾਂ ਖੇਡ ਕਬੱਡੀ ਅਤੇ ਹੋਰ ਜਿਹੜੀ ਕਬੱਡੀ ਗੇਮਸ ਨੇ ਸਪੋਰਟਸ ਨੇ ਬੱਚੇ ਨੂੰ ਨਾਲ ਲਾਓ ਇਸੇ ਜਿਹੀ ਸਪੋਰਟਸ ਨੂੰ ਪ੍ਰਮੋਟ ਕਰੋ ਆਪਣੀ ਕਮਿਊਨਿਟੀ ਦਾ ਹੀ ਫਾਇਦਾ ਹੋਊਗਾ ਜੀ ਆਪਣੀ ਕਮਿਊਨਿਟੀ ਵਾਸਤੇ ਜਿਹੜੇ ਆਪਣੇ ਮਾਂ ਖੇਡ ਕਬੱਡੀ ਦੇ ਨਾਲ ਪੰਜਾਬੀ ਬੋਲੀ ਦੇ ਨਾਲ ਪੰਜਾਬੀ ਕਲਚਰ ਦੇ ਨਾਲ ਆਪਣੇ ਸਿੱਖ ਧਰਮ ਦੇ ਨਾਲ ਬੱਚੇ ਨਾਲ ਲੱਗਣਗੇ ਜੇ ਆਪਾਂ ਸਪੋਰਟ ਕਰਾਂਗੇ ਫਿਰ ਹੀ ਬੱਚੇ ਨਾਲ ਲੱਗਣਗੇ ਸੋ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਇੱਡਾ ਬਹੁਤ ਵੱਡਾ ਉਪਰਾਲਾ ਵਾ ਇਹਦੇ 'ਚ ਟੂਰਨਾਮੈਂਟ ਕਰਾਉਣੇ ਬਹੁਤ ਔਖੇ ਆ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਮਾਰਟਨ ਵੈਲੀ ਕਲੱਬ ਕੈਲਗਰੀ ਦਾ ਵੱਡਾ ਮੇਲਾ ਨੇਪਰੇ ਚੜ੍ਹ ਗਿਆ ਮਾਰਟਨ ਵੈਲੀ ਦੇ ਸਾਰੇ ਮੈਂਬਰਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਮੈਂ ਤੁਹਾਡਾ ਛੋਟਾ ਵੀਰ ਸੁੱਖ ਗੁੱਲੇ ਵਾਲੀ ਆ ਅੱਜ ਦਾ ਵੱਡਾ ਜਿਹੜਾ ਫਾਈਨਲ ਹੋਇਆ ਪੰਜਾਬ ਸਪੋਰਟਸ ਸਰੀ ਦਾ ਔਰ ਯੰਗ ਰਾਇਲ ਕਿੰਗ ਦੇ ਵਿਚਾਲੇ ਔਰ ਜਿਹੜਾ ਅੱਜ ਦਾ ਮੇਲਾ ਪੰਜਾਬ ਸਪੋਰਟਸ ਨੇ ਵਿਨ ਕਰ ਲਿਆ ਔਰ ਸੈਕਿੰਡ ਰਹੀ ਟੀਮ ਸਾਡੀ ਯੰਗ ਰਾਇਲ ਕਿੰਗ ਔਰ ਫੈਸਲ ਵੱਟੂ ਸਾਡਾ ਬੈਸਟ ਰੇਡਰ ਸੀ ਜਿਹਨੇ 21 ਕਬੱਡੀਆਂ ਪਾ ਕੇ 20 ਨੰਬਰ ਲਏ ਆ ਔਰ ਦੂਸਰੇ ਜਾਫੀ ਦੀ ਗੱਲ ਕਰੀਏ ਢੋਡਿਆਂ ਵਾਲਾ ਬਿੱਲਾ ਉਹ ਪੰਜਾਬ ਸਪੋਰਟਸ ਦਾ ਖਿਡਾਰੀ ਜਿਹਨੇ 10 ਟੱਚ ਲਏ ਔਰ 4 ਜੱਫੇ ਲਾਏ ਔਰ ਇਹਨਾਂ ਬੈਸਟ ਜਾਫੀ ਅਤੇ ਰੇਡਰ ਨੂੰ ਸਾਡੇ ਸਿੰਧੂ ਪੇਂਟਿੰਗ ਵਾਲੇ ਭਰਾ ਵੱਲੋਂ ਦੋਨੇ ਭਾਈਆਂ ਵੱਲੋਂ ਗੋਲਡ ਮੈਡਲ ਦਿੱਤੇ ਗਏ ਆ ਔਰ ਸਾਡੀ ਸਾਰੀ ਮਾਰਟਨ ਵੈਲੀ ਵੱਲੋਂ ਬਹੁਤ ਸ਼ਾਨਦਾਰ ਕੱਪ ਔਰ
ਕਈ ਨਾਮੀ ਖਿਡਾਰੀਆਂ ਦੇ ਨਾਮੀ ਬੁਲਾਰਿਆਂ ਦਾ ਗੋਲਡ ਮੈਡਲ ਦੇ ਨਾਲ ਸਨਮਾਨ ਕੀਤਾ ਗਿਆ। ਮੈਂ ਇਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਹਰ ਵਾਰ ਇਹਨਾਂ ਦੇ ਮੇਲੇ 'ਤੇ ਡਾਢਾ ਇਕੱਠ ਹੁੰਦਾ, ਲੋਕ ਮਨਾਂ ਨੂੰ ਹੀ ਪਿਆਰ ਦਿੰਦੇ ਆ। ਇਹਨਾਂ ਦੇ ਜਿੰਨੇ ਵੀ ਸਪੋਂਸਰਸ ਨੇ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡਾ ਜਿਹੜਾ ਪਿਆਰ ਆ ਇਹਦੇ ਕਰਕੇ ਸਦਕਾ ਅਸੀਂ ਮੇਲਾ ਕਰਾ ਸਕੇ ਹਾਂ। ਸਾਰੀ ਮਾਰਟਨ ਵੈਲੀ ਦੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਜਿਹੜਾ ਬਰਕਰਾਰ ਰੱਖਣਾ। ਉੱਗੇ ਲੀਡਰ ਵੀ ਆਏ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ ਨੇ ਵੀ ਕਾਫੀ ਜਿਹੜਾ ਅਨਾਊਂਸਮੈਂਟਾਂ ਕੀਤੀਆਂ ਔਰ ਤੁਹਾਡਾ ਪਿਆਰ ਰਹੂਗਾ ਆਉਂਦੇ ਸਾਲ ਇਸੇ ਤਰ੍ਹਾਂ ਕੈਲਗਰੀ ਦੇ ਵਿੱਚ ਵੱਡੇ ਮੇਲੇ ਲਾਉਣਗੇ। ਬਾਕੀ ਜਗਰਾਜ ਸਿੰਘ ਮਾਲਾ ਜੀ ਸਾਡੇ ਨਾਲ ਨੇ, ਸਿੱਧੂ ਪੇਂਟਿੰਗ ਵਾਲੇ ਭਰਾ ਸਾਡੇ ਨਾਲ ਨੇ, ਛਿੰਦਾ ਅਚਰਵਾਲ ਜੀ ਬਾਜਾ ਖਾਨਾ ਕਲੱਬ ਚਲਾਉਂਦੇ ਨੇ ਔਰ ਵੱਡਾ ਪਿਆਰ ਇਹਨਾਂ ਦਾ ਮਾਰਟਨ ਵੈਲੀ ਵਾਲੇ ਸਾਰੇ ਕਲੱਬ ਵਾਲੇ ਭਰਾ ਨਾਲ, ਨਿਰਭੈ ਸਿੰਘ ਜੀ ਨਵੀਂ ਅਚਰਵਾਲ ਸਾਡੇ ਨਾਲ ਨੇ ਔਰ ਸਾਰੇ ਮਾਰਟਨ ਵੈਲੀ ਦੇ ਜਿੰਨੇ ਵੀ ਕਲੱਬ ਦੇ ਮੈਂਬਰ ਨੇ, ਪੰਮਾ ਬਨਵੈਤ ਜੀ ਔਰ ਬਿੱਲਾ ਸਾਡਾ ਵੀਰ ਰਾਇਲ ਰੂਫਿੰਗ ਵਾਲਾ, ਸਾਰੇ ਭਰਾਵਾਂ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਅਤੇ ਮੁਬਾਰਕਬਾਦ ਦਿੰਦੇ ਹਾਂ ਵੀ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਚੋਟੀ ਦਾ ਮੇਲਾ ਹੋ ਨਿਬੜਿਆ। ਸੋ ਆਖਰ ਦੇ ਵਿੱਚ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।